ਜ਼ਿਮਨੀ ਚੋਣਾਂ ਦੀ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੇ ਹੀ ਚੱਲਦੇ ਨੋਮੀਨੇਸ਼ਨ ਫਾਈਲ ਕਰਨ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਪਹੁੰਚੇ, ਜੋ ਗਿੱਦੜਵਾਹਾ ਤੋਂ ਉਮੀਦਵਾਰ ਨੇ। ਇਸ ਮੌਕੇ ਡਿੰਪੀ ਢਿੱਲੋਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਹਾਜ਼ਰ ਰਹੇ। ਫਿਲਹਾਲ ਡਿੰਪੀ ਢਿੱਲੋਂ ਵੱਲੋਂ ਹੁਣ ਨੋਮੀਨੇਸ਼ਨ ਫਾਰਮ ਭਰ ਦਿੱਤਾ ਗਿਆ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਡਿੰਪੀ ਢਿੱਲੋਂ ਅਕਾਲੀ ਦਲ ਦਾ ਪੱਲਾ ਛੱਡ ਕੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਹਨਾਂ ਨੂੰ ਗਿੱਦੜਵਾਹਾ ਤੋਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਸੀ। ਦੱਸਣਾ ਬਣਦਾ ਹੈ ਕਿ ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਰਹੇ ਨੇ ਤੇ ਉਹਨਾਂ ਦੇ ਇਸ ਤਰ੍ਹਾਂ ਪਾਰਟੀ ਛੱਡਣ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਗਹਿਰਾ ਦੁੱਖ ਲੱਗਿਆ ਸੀ। ਪਰ ਫਿਲਹਾਲ ਹੁਣ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਨੇ ਅਤੇ ਜ਼ਿਮਨੀ ਚੋਣ ਲੜਨ ਦੀ ਪੂਰੀ ਤਿਆਰੀ ਦੇ ਵਿੱਚ ਨੇ, ਜਿਸ ਲਈ ਚੋਣ ਪ੍ਰਚਾਰ ਵੀ ਜਾਰੀ ਹੈ। ਫਿਲਹਾਲ ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਉਹਨਾਂ ਦੇ ਨਾਲ ਹਾਜ਼ਰ ਰਹੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸ਼ਾਨਦਾਰ ਜਿੱਤ ਪੱਕੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਅਕਾਲੀ ਦਲ ਲੜੇ ਭਾਵੇਂ ਨਾ ਲੜੇ, ਉਹਨਾਂ ਨੇ ਸਿਫਰ ਹੀ ਰਹਿਣਾ ਹੈ। ਮੌਕਾ ਤੋਂ ਚਾਹ ਹੀ ਇੰਨਾ ਸੀ, ਪਿਆਰ ਹੀ ਇੰਨਾ ਸੀ ਕਿ ਆਪਦੇ ਆਪ ਹੀ ਆ ਨਹੀਂ ਸਕਦੇ ਤੇ ਆਪਦੇ ਆਪ ਹੀ ਆ ਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਰੈਲੀ ਦੇ ਹਿਸਾਬ ਨਾਲ ਹੀ ਰੂਪ ਧਾਰਨ ਕਰ ਗਿਆ। ਬਹੁਤ ਵੱਡਾ ਰੋਡ ਸ਼ੋਅ ਬਣ ਗਿਆ। ਸਾਡੀ ਤਾਂ ਪਲੈਨਿੰਗ ਇਹੀ ਸੀ ਵੀ ਮੇਨ ਮੇਨ ਇੱਕ ਇੱਕ ਦੋ ਦੋ ਬੰਦੇ ਪਿੰਡ ਚੋਂ ਬੁਲਾ ਕੇ ਅਰਦਾਸ ਕਰਨੀ ਸੀ, ਪਰ ਹੁਣ ਤੁਸੀਂ ਦੇਖੀ ਜਾਂਦੇ ਹੋ ਜੀ ਪਿਆਰ ਹੀ ਇੰਨਾ ਸੰਗਤ। ਪੁਰਾਣੇ ਸਾਥੀਆਂ ਨੇ ਕਾਗਜ਼ ਨਹੀਂ ਭਰੇ ਹਜੇ ਤੱਕ ਤੇ ਕੀ ਲੱਗਦਾ ਹੈਗਾ, ਲੜਨਗੇ ਮੈਦਾਨ 'ਚ ਜਾਂ ਤੁਹਾਡੇ ਵਾਲੀ ਗੱਲ ਵੀ ਇਕੱਠੇ ਕੀ ਕਹਿਣਾ ਚਾਹੁੰਦੇ? ਭਾਈ ਸਾਹਿਬ ਮੈਂ ਕੁਛ ਨਹੀਂ ਕਹਿਣਾ ਜੀ, ਹਜੇ ਇੱਕ ਦਿਨ ਪਿਆ, ਇੱਕ ਦਿਨ ਪਿਆ ਜੀ, ਹਜੇ ਸ਼ਾਇਦ ਕੱਲ ਨੂੰ ਭਰ ਜਾ ਲੱਗਦਾ, ਭਰ ਦੇ। ਪਰ ਮੈਨੂੰ ਇਹ ਲੱਗਦਾ ਵੀ ਗੱਲ ਮੇਰੇ ਵਾਲੀ ਹੋਊਗੀ ਸੱਚੀ ਲੱਗਦਾ, ਬਾਕੀ ਪਤਾ ਨਹੀਂ ਜੀ ਹਜੇ ਕੀ ਕੀ ਕਰਨਗੇ, ਆਪਾਂ ਨੂੰ ਦਿਖੀ ਰਿਹਾ ਭਾਈ ਸਾਹਿਬ। ਕਿੰਨਾ ਮੁਕਾਬਲਾ ਦੇਖਦੇ ਹੈਗੇ ਹੋ? ਮੈਨੂੰ ਲੱਗਦਾ ਨਹੀਂ ਜੀ ਕਿਸੇ, ਅੱਜ ਦੀ ਘੜੀ ਜੋ ਪਿਆਰ ਕਰ ਰਿਹਾ ਇਹ ਹਲਕਾ, ਮੇਰੇ ਕੋਲ ਕੋਈ ਯੋਗ ਅਲਫਾਜ਼ ਹੈ ਨਹੀਂ ਕਿ ਮੈਂ ਕਿੰਨਾ ਅਲਫਾਜ਼ਾਂ ਨਾਲ ਧੰਨਵਾਦ ਕਰਾਂ। ਮੈਂ ਤਾਂ ਕਿ ਮੇਰੀਆਂ ਆਉਣ ਵਾਲੀਆਂ 7 ਪੀੜ੍ਹੀਆਂ ਇਹਨਾਂ ਲੋਕਾਂ ਦਾ ਸਾਥ ਨਹੀਂ ਦੇ ਸਕਦੀ ਜੋ ਇਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਮੈਨੂੰ ਇੱਜ਼ਤ ਮਾਣ ਪਿਆਰ ਦਿੱਤਾ। ਪਤਾ ਨਹੀਂ ਕਿ ਆਪਣਾ ਕੋਈ ਆਪਣਾ ਪਿਛਲੇ ਜਨਮ ਦਾ ਕੋਈ ਕਰਜ਼ਾ ਦੇਣਾ ਹੋਣਾ ਜਿਹੜਾ ਇੰਨਾ ਪਿਆਰ ਕਰਦੇ ਆ। ਔਰ ਇਹ ਤਾਜ਼ ਜ਼ਿੰਦਗੀ ਜਿੰਨੇ ਸਵਾਸ ਆ ਤੁਹਾਡੇ ਨਾਲ, ਮੈਂ ਓਪਨਲੀ ਇਹ ਗੱਲ ਕਹਿ ਰਿਹਾ, ਇਹ ਸਾਰੇ ਦੇ ਸਾਰੇ ਮੈਂ ਇਹਨਾਂ ਦੇ ਲਿਖੇ ਲਾ ਦੇ ਜੋ ਮੈਨੂੰ ਪਿਆਰ ਦਿੱਤਾ, ਅੱਜ ਤੋਂ ਬਾਅਦ ਇਹਨਾਂ ਦੀ ਸੇਵਾ ਹੀ ਕਰ ਰਹੇ। ਮੈਂ ਜੀ ਦੋਨਾਂ ਦੇ ਘਰੇ ਜਾਇਆ ਆ। ਦੇਖੋ ਥੋੜਾ ਬਹੁਤਾ ਅਸੀਂ ਇੱਕ ਪਰਿਵਾਰ ਆ ਜੀ, ਮਾੜੀ ਮੋਟੀ 19-21 ਥੋੜਾ ਬਹੁਤਾ ਗੁੱਸਾ ਗਿਲਾ ਚੱਲਦਾ ਸਾਡੇ, ਪਰ ਐਸੀ ਕੋਈ ਗੱਲ ਨਹੀਂ ਕਿ ਸਾਨੂੰ ਛੱਡ ਕੇ ਚਲੇ ਜਾਣ। ਅੱਜ ਸ਼ਾਮ ਤੱਕ ਉਹਨਾਂ ਨੂੰ ਕੰਪੇਨ ਦੇ ਵਿੱਚ ਨਾਲ ਸ਼ਾਮਲ ਕਰ ਲਾਂਗੇ, ਸਾਡੀਆਂ ਕੋਸ਼ਿਸ਼ਾਂ ਜਾਰੀ ਆ, ਅਖੀਰਲੇ ਦਮ ਤੱਕ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਦੇਖੋ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਗਿੱਦੜਵਾ ਬਾਈ ਇਲੈਕਸ਼ਨ ਦੇ ਵਿੱਚ ਨੋਮੀਨੇਸ਼ਨ ਫਾਈਲ ਕੀਤੀ ਹੈ। ਆਪਣੇ ਹਜ਼ਾਰਾਂ ਸਾਥੀਆਂ ਦੇ ਨਾਲ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਉਹਨਾਂ ਨੇ ਨੋਮੀਨੇਸ਼ਨ ਫਾਈਲ ਕੀਤੀ, ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹਾ ਅੱਜ ਜੋਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਗਿੱਦੜਵਾ ਦੇ ਵਿੱਚ, ਆਮ ਆਦਮੀ ਪਾਰਟੀ ਜਲੰਧਰ ਵੈਸਟ ਦੀ ਤਰ੍ਹਾਂ ਇਹ ਸੀਟ ਵੀ ਵੱਡੇ ਮਾਰਜਨ ਦੇ ਉੱਪਰ ਜਿੱਤਣ ਜਾ ਰਹੀ ਹੈ। ਜੀ ਇੱਕ ਪੁਰਾਣੇ ਜਿਹੜੇ ਆਗੂ ਨੇ ਪ੍ਰਿਤਪਾਲ ਸ਼ਰਮਾ ਹੋਰ ਗੱਲ ਚੱਲ ਰਹੀ ਹੈ ਕਿ ਕਿਸੇ ਹੋਰ ਪਾਰਟੀ ਜਾ ਰਹੇ ਨੇ, ਜਾਂ ਖਬਰਾਂ ਤੱਕ ਵੀ ਨੇ? ਨਹੀਂ ਇਹ ਜੀ ਕੋਈ ਗੱਲ ਨਹੀਂ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਆਈ ਹੈਗੀ, ਤੁਹਾਡੇ ਤੋਂ ਸੁਣਨ ਨੂੰ ਮਿਲ ਰਹੀ ਆ। ਪ੍ਰਿਤਪਾਲ ਸ਼ਰਮਾ ਜੀ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਸਾਥੀ, ਲੋਇਲ ਸਾਥੀ ਨੇ, ਪਾਰਟੀ ਨੇ ਉਹਨਾਂ ਨੂੰ ਬਹੁਤ ਮਾਣ ਸਨਮਾਨ ਬਖਸ਼ਿਆ ਤੇ ਉਹਨਾਂ ਨੇ ਵੀ ਪਾਰਟੀ ਦੇ ਲਈ ਬਹੁਤ ਮਿਹਨਤ ਕੀਤੀ ਹੈ, ਸੋ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ। ਉਹਨਾਂ ਨੂੰ ਹੋਰ ਵੀ ਇਸ ਤੋਂ ਵੀ ਵੱਡੇ ਮਾਣ ਸਨਮਾਨ ਨੇ ਜਿਹੜੇ ਉਹ ਮਿਲਣਗੇ, ਸੋ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਰਾਜਸੀ ਵਿਰੋਧੀ ਕਹਿੰਦੇ ਹੋ, ਜਿਹੜਾ ਨਾਲ ਦੇ ਵਿਰੋਧੀ ਨੂੰ ਸਹੀ ਸਲਾਹ ਦੇ ਦਿਓ, ਅਕਾਲੀ ਦਲ ਹਜੇ ਤੱਕ ਐਲਾਨ ਨਹੀਂ ਕਰ ਸਕਿਆ ਚਾਰਾ ਜਿੰਨੀ, ਕੀ ਕਹੋਗੇ, ਕਿਹੋ ਜਿਹੀ ਸਥਿਤੀ ਦੇਖਦੇ ਹੋ ਆਪਦੇ? ਦੇਖੋ ਇਸ ਤਰ੍ਹਾਂ ਹੈ ਕਿ ਗੱਲ ਤਾਂ ਤੁਹਾਡੀ ਠੀਕ ਹੈ, ਪਰ ਹੁਣ ਦੇ ਹਾਲਾਤ ਅਕਾਲੀ ਦਲ ਦੇ ਜਿਹੜੀ ਬੌਧਿਕ ਜਿਹੜੀ ਉਹਨਾਂ ਦੀ ਦਿਵਾਲੀਆਪਨ ਇੰਨਾ ਕੁ ਹੋ ਚੁੱਕਿਆ ਕਿ ਕੋਈ ਸਹੀ ਸਲਾਹ ਵੀ ਉਹਨਾਂ ਦੇ ਸਮਝ ਨਹੀਂ ਆਉਣੀ ਹੈਗੀ, ਕਿਉਂਕਿ ਜਿਵੇਂ ਕਹਿੰਦੇ ਨੇ ਪਰਮਾਤਮਾ ਜਦੋਂ ਮਾਰਦਾ ਮੱਤ ਮਾਰਦਾ ਲੱਤ ਨਹੀਂ ਮਾਰਦਾ ਹੈਗਾ। ਉਹਨਾਂ ਨੇ ਅਕਾਲੀ ਦਲ ਨੇ ਦੋ ਗੁਨਾਹ ਇਹੋ ਜਿਹੇ ਕਰਤੇ ਪਿਛਲੇ ਸਮਿਆਂ ਦੇ ਵਿੱਚ, ਇੱਕ ਗੁਰੂ ਸਾਹਿਬ ਨੂੰ ਗਲੀਆਂ ਦੇ ਵਿੱਚ ਰੋਲਣ ਵਾਲਾ ਅਤੇ ਇੱਕ ਘਰ ਘਰ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ, ਮੈਂ ਨਹੀਂ ਕਹਿੰਦਾ ਵੀ ਕਿਹਨੇ ਪਹੁੰਚਾਇਆ ਕਿਹਨੇ ਨਹੀਂ ਪਹੁੰਚਾਇਆ, ਪਰ ਘਰ ਘਰ ਜਦੋਂ ਨਸ਼ੇ ਪਹੁੰਚ ਗਏ ਅਕਾਲੀ ਦਲ ਦੇ ਰਾਜ ਦੇ ਵਿੱਚ
ਤੇ ਆਉਣ ਵਾਲੀ ਪੀੜ੍ਹੀ ਖਤਮ ਕਰਨ ਵਾਲੇ ਪਾਸੇ ਤੋਰਤੀ ਉਹਨਾਂ ਨੇ। ਇਹ ਦੋ ਗੁਣਾ ਇਹੋ ਜਿਹੇ ਨੇ ਕਿ ਇਹ ਪਰਮਾਤਮਾ ਦੇ ਘਰੋਂ ਇਹਨਾਂ ਦੀ ਕਦੇ ਮਾਫ਼ੀ ਨਹੀਂ ਮਿਲਣੀ ਹੈਗੀ। ਫਿਰ ਵੀ ਉਹਨਾਂ ਨੂੰ ਉਹ ਲੜ ਲੈਣ, ਉਹ ਨਾ ਲੜ ਲੈਣ, ਰਿਜ਼ਲਟ ਹੈ ਜਿਹੜਾ ਉਹ ਸਿਫਰ ਹੀ ਰਹਿਣਾ।